ਕੱਢੀ ਜਾ ਰਹੀ ਹੈਗੀ ਆ। ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਲੋਕਾਂ ਦੇ ਵਿੱਚ ਉਹ ਰੈਲੀ ਕਰਦੇ ਪਏ ਨੇ, ਉਹ ਲੋਕਾਂ ਦੇ ਵਿੱਚ ਆਪਣੀ ਗੱਲ ਨੂੰ ਰੱਖਣ ਵਾਸਤੇ ਉਹਨਾਂ ਦੇ ਆਦਰਸ਼ੀ ਮਾਨਣਾ ਜਿਹੜੇ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਉਹ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ। ਔਰ ਰੈਲੀ ਜਿਹੜੀ ਆਮ ਆਦਮੀ ਪਾਰਟੀ ਦੀ ਰੈਲੀ ਜਿਹੜੀ ਹੈਗੀ ਉਹ ਕੱਢੀ ਜਾ ਰਹੀ ਹੈਗੀ। ਕਾਫੀ ਲੋਕ ਇੱਥੇ ਜੁੜੇ ਹੋਏ ਉਹਨਾਂ ਦੇ ਨਾਲ ਸ਼ਾਸਤਰੀ ਪਾਰਕ ਇਲਾਕੇ ਦੇ ਵਿੱਚ, ਔਰ ਇੱਥੇ ਲਗਾਤਾਰ ਉਹਨਾਂ ਦੇ ਜਿਹੜੇ ਫੈਨਸ ਹੈਗੇ ਨੇ ਇੱਥੇ ਲਗਾਤਾਰ ਉੱਥੇ ਜੁੜੇ ਹੋਏ ਨੇ। ਔਰ ਅਰਵਿੰਦ ਕੇਜਰੀਵਾਲ ਦੀ ਰੈਲੀ ਦੇ ਵਿੱਚ ਆਰਟੀਸੀ ਮਾਲ ਲੈਣ ਵਾਸਤੇ ਜੋ ਇਹ ਰੈਲੀ ਕਰਦੇ ਪਏ ਹੈਗੇ ਆ, ਔਰ ਲਗਾਤਾਰ ਸ਼ਾਸਤਰੀ ਪਾਰਕ ਇਲਾਕੇ ਦੇ ਵਿੱਚ ਰੈਲੀ ਜਿਹੜੀ ਹੈਗੀ ਉਹ ਕੱਢੀ ਜਾ ਰਹੀ ਹੈਗੀ ਆ। ਔਰ ਪੂਰਨ ਰਾਜਿਆਂ ਦੀ ਗੱਲ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ। ਸ਼ਾਸਤਰੀ ਪਾਰਕ ਇਲਾਕੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀ ਰੈਲੀ ਹੈਗੀ ਤੁਸੀਂ ਦੇਖ ਸਕਦੇ ਹੋ ਕੱਢੀ ਜਾ ਰਹੇ ਹੋ, ਔਰ ਹਜ਼ਾਰਾਂ ਲੋਕ ਜਿਹੜੇ ਹੈਗੇ ਉਹਨਾਂ ਦੀ ਜੋ ਕਿ ਨਾਲ ਸਪੋਰਟ ਕਰਦੇ ਪਏ ਨੇ ਉਹ ਆਉਂਦੇ ਪਏ ਨੇ ਆਰਤੀ ਮਾਲ ਲੈਂਦਾ ਕੱਟ ਆਊਟਸ ਲੈ ਕੇ ਜਿਹੜੇ ਹੈਗੇ ਲੋਕ ਇੱਥੇ ਉਹਨਾਂ ਦੇ ਪ੍ਰਚਾਰ ਹੈ। ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਤੁਸੀਂ ਸਾਹਮਣੇ ਦੇਖ ਸਕਦੇ ਹੋ, ਲੋਕ ਜਿਹੜੇ ਹੈਗੇ ਆ ਉਹਨਾਂ ਦੇ ਅਭਿਵਾਦਨ ਵਾਸਤੇ ਲੋਕ ਇੱਥੇ ਇਕੱਠੇ ਹੋਏ ਨੇ, ਇੱਥੇ ਲੋਕ ਆਏ ਹੋਏ ਨੇ। ਔਰ ਅਰਵਿੰਦ ਕੇਜਰੀਵਾਲ ਤੁਸੀਂ ਦੇਖ ਸਕਦੇ ਹੋ ਸੰਗਤ ਜੀ, ਇਹ ਲੋਕ ਜਿਹੜੇ ਲੋਕ ਉਹਨਾਂ ਦੇ ਨਾਲ ਵੋਟਾਂ ਦੀ ਮੰਗ ਕਰਦੇ ਪਏ ਨੇ ਲੋਕਾਂ ਤੋਂ, ਔਰ ਰੈਲੀ ਦੇ ਵਿੱਚ ਉੱਥੇ ਆਏ ਹੋਏ ਨੇ ਲਗਾਤਾਰ ਜਿਹੜੇ ਲੋਕ ਹੈਗੇ ਨੇ ਉੱਥੇ ਇੱਥੇ ਲਗਾਤਾਰ ਦਿਖਾਈ ਦੇ ਰਹੇ ਨੇ। ਥੱਲੇ ਉੱਤਰ ਥੱਲੇ ਉੱਤਰ ਜਾਏਗਾ। ਅਗਰ ਆਪਣੇ ਪੰਜੇ ਪੇ ਵੋਟ ਦੇ ਦੀ, ਕਾਂਗਰਸ ਪੇ ਵੋਟ ਦੇ ਦੀ,
मोदी जीत गया। दोस्तों जिंदगी भर आप अपने को माफ नहीं कर पाओगे उसके बाद। अगर आज पंजाब जीत रहा होता, अगर आज कांग्रेस जीत रही होती, मैं सातों सीटें कांग्रेस के लिए छोड़ देता। मेरे लिए सीट जीतना इंपॉर्टेंट नहीं है, मेरे लिए दो चार सीटें कोई मायने नहीं रखती, मेरे लिए मुल्क जरूरी है। आज अगर पंजाब जीत रहा होता दिल्ली के अंदर, मैं सातों सीटें उनके लिए छोड़ देता। आज कांग्रेस वालों की हर जगह जमानत जब्त हो रही है, कांग्रेस कहीं नहीं खड़ी, कांग्रेस केवल वोट काट रही है। आज मैं आपसे अपनी पार्टी के लिए वोट मांगने नहीं आया, आज मैं आप लोगों से मुल्क को बचाने की अपील करने आया। मेरे कहने से मुल्क की खातिर आप सब लोग झाड़ू पर वोट दे देना, अगले चुनाव में जिसको मर्जी दे देना। जो जो पंजे वाले हैं अगले चुनाव में पंजे को दे देना, जिसको मर्जी दे देना। ये चुनाव बहुत जरूरी है, 12 मई वाला चुनाव बहुत जरूरी है। इस चुनाव में इकट्ठे हो जाओ, सारे लोग झाड़ू पर पड़ने चाहिए, क्योंकि मोदी को केवल झाड़ू हरा रही है दिल्ली के अंदर। अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। बोल।